ਨੂੰ ਇੱਕ ਦੂਜੇ ਨੂੰ ਸਿੱਖ ਨੂੰ ਮਿਲਣ ਲੱਗਿਆਂ ਵੀ ਇਹ ਬਖਸ਼ਿਸ਼ ਕੀਤੀ ਹੈ, ਭਾਈ ਤੇਰੀ ਜ਼ਬਾਨ ਤੋਂ ਵਾਹਿਗੁਰੂ ਨਿਕਲੇ, ਦੂਸਰਾ ਵੀ ਦੋ ਵਾਰ ਵਾਹਿਗੁਰੂ ਕਹੇਗਾ, ਤੂੰ ਵੀ ਦੋ ਵਾਰ ਵਾਹਿਗੁਰੂ ਕਹੇਗਾ, ਤੇਰੇ ਕੰਨਾਂ ਵਿੱਚ ਵਾਹਿਗੁਰੂ ਦੀ ਆਵਾਜ਼ ਪੈ ਗਈ, ਇੱਦਾਂ ਤੇਰੇ ਜੀਵਨ ਵਿੱਚ ਨਾਮ ਦਾ, ਸ਼ਬਦ ਦਾ, ਗੁਰਮੰਤਰ ਦਾ ਖਜ਼ਾਨਾ ਵਧੇਗਾ। ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ, ਇਹਦੇ ਬਾਰੇ ਮਹਾਰਾਜ ਬਾਣੀ ਅੰਦਰ ਬਚਨ ਕਹਿੰਦੇ ਨੇ, ਹਮ ਧਨਵੰਤ ਭਾਗਟ ਸੱਚ ਨਾਹੀ, ਅਸੀਂ ਧਨਵਾਨ ਹੋ ਗਏ, ਭਾਗਾਂ ਵਾਲੇ ਹੋ ਗਏ, ਕਿਸ ਖਜ਼ਾਨੇ ਨਾਲ, ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਦਾਨਾ। ਉਹ ਖਜ਼ਾਨਾ ਹੁਣ ਕਿਵੇਂ ਵੱਧਦਾ? ਵਾਰੀ ਤੌਰ 'ਤੇ ਇਹ ਧਿਆਨ ਵਿੱਚ ਰੱਖਿਓ, ਪੈਸਾ ਕਮਾਉਣ ਦੇ ਤਿੰਨ ਚਾਰ ਤਰੀਕੇ ਨੇ ਜਿਹੜੇ ਮਹਾਰਾਜ ਨੇ ਗੁਰਮਤਿ ਅਨੁਸਾਰ ਕਹੇ ਨੇ। ਉਹਨਾਂ ਵਿੱਚੋਂ ਪਹਿਲਾਂ ਕਿਰਤ ਦਾ ਪੈਸਾ ਕਮਾਉਣ ਦਾ ਇੱਕ ਤਰੀਕਾ ਹੈ, ਜਿਹੜਾ ਆਪਾਂ ਖੇਤੀ ਕਰਦੇ। ਜਦੋਂ ਕੋਈ ਕਿਸਾਨ ਖੇਤੀ ਕਰਦਾ, ਉਹ ਕਿਲੋਆਂ ਵਿੱਚ ਬੀਜ ਖੇਤ 'ਚ ਪਾਉਂਦਾ, ਸੰਭਾਲ ਸਹੀ ਹੋਵੇ, ਬੀਜ ਸਹੀ ਹੋਵੇ, ਬੱਤਰ ਸਹੀ ਹੋਵੇ, ਤਾਂ ਸਾਧ ਸੰਗਤ ਕਿਲੋਆਂ 'ਚ ਪਾਇਆ ਬੀਜ ਕੁਇੰਟਲਾਂ ਵਿੱਚ ਕੱਢੀਦਾ। ਪਰ ਉਹਨੂੰ ਬੀਜਣ ਲੱਗਿਆਂ ਕੁਝ ਧਿਆਨ ਰੱਖਣਾ ਪੈਂਦਾ। ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਉਦਾਹਰਣ ਦੇ ਕੇ ਸ਼ਬਦ ਕਿਹਾ, ਕਹਿੰਦੇ ਭਾਈ ਕਿਸਾਨ ਕੋਲੋਂ ਸਿੱਖ ਕਿਵੇਂ ਮਿਹਨਤ ਕਰੀ ਦੀ ਹੈ, ਕਿਵੇਂ ਕਮਾਈ ਕਰੀ ਦੀ ਹੈ, ਉਹਦਾ ਕਿਲੋਆਂ 'ਚ ਬੀਜਿਆ ਹੋਇਆ ਬੀਜ ਕੁਇੰਟਲਾਂ 'ਚ ਕਿਵੇਂ ਨਿਕਲਦਾ, ਉਹਦੇ ਕੋਲੋਂ ਸਿੱਖ, ਤੈਨੂੰ ਬਾਹਰੀ ਕਿਰਤ ਕਰਦਿਆਂ ਰੱਬ ਦੀ ਕੀਰਤੀ ਵਿੱਚੋਂ ਖਜ਼ਾਨਾ ਵਧਣਾ ਸ਼ੁਰੂ ਹੋ ਜਾਏ। ਜਿਵੇਂ ਉਹਦੇ ਦਾਣੇ ਬੀਜੇ ਹੋਏ ਵੱਧਦੇ ਨੇ ਨਾ, ਇੱਦਾਂ ਤੇਰਾ ਜਪਿਆ ਹੋਇਆ ਨਾਮ ਖਜ਼ਾਨਾ ਵਧੇਗਾ। ਉਹ ਫਿਰ ਖਾਹੇ ਖਰਚ ਧਨ ਮਾਲ, ਜਿੰਨਾ ਤੂੰ ਖਰਚੇਗਾ ਉਸ ਧਨ ਨੂੰ ਉਹਨੇ ਵੱਧਦਾ ਜਾਣਾ, ਕਿਉਂਕਿ ਜਿੰਨਾ ਬੀਜੇਗਾ ਉਹ ਕਈ ਗੁਣਾ ਵੱਧ ਕੇ ਤੇਰੇ ਕੋਲ ਆਏਗਾ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਸ਼ਬਦ ਹੈ ਸੋਰਠ ਰਾਗ ਅੰਦਰ, ਸ਼ਬਦ ਇੱਥੋਂ ਸ਼ੁਰੂ ਹੁੰਦਾ, ਸੋਰਠ ਮਹੱਲਾ ਪਹਿਲਾ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ। ਥੋੜ੍ਹੇ ਜਿਹੇ ਇਹਦੇ ਅਰਥ ਸਮਝੋ। ਇਹਨੂੰ ਮਹਾਰਾਜ ਕਹਿੰਦੇ ਨੇ ਮਨ ਹਾਲੀ, ਮਨ ਨੂੰ ਹਲ ਬਣਾ, ਉੱਦਮੀ ਬਣਾ। ਜਿਵੇਂ ਕਿਸਾਨ ਉੱਦਮ ਕਰਕੇ ਸਵੇਰੇ ਸਵਖਤ ਤੇ ਹਲ ਜੋੜ ਲੈਂਦਾ, ਹੁਣ ਤਾਂ ਟਰੈਕਟਰਾਂ ਦੀ ਖੇਤੀ ਹੈ। ਕਦੇ ਬਜ਼ੁਰਗ ਤੁਹਾਡੇ 'ਚ ਬੈਠੇ ਪੁੱਛ ਕੇ ਵੇਖਿਓ, ਸਾਧ ਸੰਗਤ ਸੂਰਜ ਦੀ ਲੋ ਲੱਗਣ ਤੋਂ ਪਹਿਲੇ ਹਲ ਜੋੜ ਲੈਂਦੇ ਸੀ। ਧੁੱਪ ਹੁੰਦਿਆਂ ਹੁੰਦਿਆਂ ਜਦੋਂ ਤੱਕ ਸੂਰਜ ਦੀ ਤਪਸ਼ ਵਧਣੀ, ਤਦੋਂ ਤੱਕ ਦੋ ਦੋ ਚਾਰ ਚਾਰ ਕਨਾਲਾਂ ਖੇਤ ਵਾਹ ਲੈਂਦੇ ਸੀ ਉਸ ਹਲ ਨਾਲ। ਔਰ ਜਿਹੜੇ ਬੰਦੇ ਉੱਦਮੀ ਨਹੀਂ ਸਨ, ਆਲਸੀ ਰਹਿ ਗਏ, ਉਹਨਾਂ ਨੇ ਘਰ ਵਿੱਚ ਬੈਠਿਆਂ ਸੂਰਜ ਚੜ੍ਹਾ ਦਿੱਤਾ, ਉਹ ਬੰਦੇ ਮਿਹਨਤ ਕਰਕੇ ਖੱਟ ਕਮਾਈ ਨਹੀਂ ਕਰ ਸਕੇ। ਜਿਹਨੇ ਖੇਤੀ ਵਿੱਚੋਂ ਲਾਹਾ ਲੈਣਾ ਹੁੰਦਾ ਸੀ, ਉਹਨੂੰ ਆਲਸ ਛੱਡ ਕੇ ਤਾਰਿਆਂ ਦੀ ਲੋਹੇ ਘਰੋਂ ਹਲ ਜੋੜ ਕੇ ਨਿਕਲਣਾ ਪੈਂਦਾ ਸੀ। ਉਹਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਖੇਤ 'ਚ ਕੰਮ ਕਰਨਾ ਪੈਂਦਾ ਸੀ। ਅੱਜ ਵੀ ਜਿਹੜੇ ਖੇਤੀ ਦਾ ਕੰਮ ਕਰਦੇ ਤੁਸੀਂ ਵੇਖਿਓ, ਸੂਰਜ ਚੜ੍ਹਨ ਤੋਂ ਪਹਿਲਾਂ ਕਿਸਾਨ ਆਪਣੇ ਖੇਤ ਦੇ ਬੰਨੇ 'ਤੇ ਹੁੰਦਾ। ਉਹ ਸਵੇਰੇ ਆਪਣੀ ਫਸਲ ਵੱਲ ਨਜ਼ਰ ਮਾਰਦਾ, ਰਾਤ ਦੇ ਛੱਡੇ ਹੋਏ ਪਾਣੀ ਨੂੰ ਵੇਖਦਾ, ਮੈਂ ਕਿਆਰਾ ਛੱਡਿਆ ਸੀ ਭਰਨ ਵਾਸਤੇ, ਭਰਿਆ ਹੈ ਕਿ ਨਹੀਂ ਭਰਿਆ। ਉਹ ਕਿਸਾਨ ਹਮੇਸ਼ਾ ਹੀ ਲਾਹੇ ਵਿੱਚ ਜਾਂਦਾ ਜਿਹੜਾ ਆਲਸ ਛੱਡ ਕੇ ਉੱਦਮ ਕਰਕੇ ਸਵਖਤੇ ਆਪਣੇ ਖੇਤਾਂ ਦੇ ਬੰਨੇ 'ਤੇ ਪਹੁੰਚ ਜਾਂਦਾ।
ਔਰ ਸਾਧ ਸੰਗਤ ਉਹ ਚੋਰੀ ਹੁਣੋਂ ਵੀ ਬਚਾ ਲੈਂਦਾ ਆਪਣਾ ਬਹੁਤ ਕੁਝ। ਹੁਣ ਇਹੋ ਗੱਲ ਹਜ਼ੂਰ ਨੇ ਕਹੀ ਹੈ, ਧਰਮ ਦੀ ਦੁਨੀਆ ਵਿੱਚ ਆਲਸੀ ਬੰਦਾ ਪ੍ਰਵਾਨ ਨਹੀਂ ਹੈ, ਇੱਥੇ ਉੱਦਮ ਕਰਕੇ ਜਪਣਾ ਪੈਂਦਾ। ਕਾਲ ਕਰੰਤਾ ਅਬਹਿ ਕਰ, ਜਿਹੜਾ ਕੱਲ ਨੂੰ ਕਰਨਾ ਉਹਨੂੰ ਅੱਜ ਕਰ, ਜਿਹੜਾ ਅੱਜ ਕਰਨਾ ਉਹਨੂੰ ਹੁਣੇ ਕਰ, ਜੇ ਲਾਹਾ ਲੈਣਾ। ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ, ਕਦੇ ਮਨ ਕਰੇ ਨਾ ਵੀ ਜਪਜੀ ਸਾਹਿਬ 10 ਮਿੰਟ ਰੁਕ ਕੇ ਪੜ੍ਹ ਲੈਂਦੇ, ਫਲਾਨਾ ਕੰਮ ਕਰ ਲਈਏ, ਕਈ ਵਾਰ ਸਾਰਾ ਦਿਨ ਲੰਘ ਜਾਂਦਾ, ਹੁੰਦਾ ਹੀ ਨਹੀਂ ਪਾਠ। ਆਹ 10 ਮਿੰਟ ਆਹ ਕੰਮ ਨਿਬੇੜ ਲਾਂ, ਫਿਰ ਮੈਂ ਪਾਠ ਕਰਾਂ, ਸਾਰਾ ਦਿਨ ਲੰਘ ਜਾਏਗਾ, ਤੋਂ ਪਾਠ ਨਹੀਂ ਹੋਏਗਾ। ਕਿਉਂਕਿ ਹਜ਼ੂਰ ਨੇ ਕਿਹਾ ਧਰਮ ਉੱਦਮ ਦਾ ਵਿਸ਼ਾ, ਆਲਸ ਵਾਲਾ ਬੰਦਾ ਧਰਮ ਕੁਮਾਰ ਨਹੀਂ ਸਕੇਗਾ। ਆਲਸੀ ਬੰਦਾ ਬਾਹਰੋਂ ਵੀ ਖੱਟੀ ਨਹੀਂ ਖੱਟਦਾ, ਆਲਸੀ ਬੰਦਾ ਧਰਮ ਵਿੱਚ ਵੀ ਪਿੱਛੇ ਰਹਿ ਜਾਂਦਾ।